ਬਾਣੀ 'ਚ ਮਿਲ ਜਾਂਦੇ ਬਚਨ ਮੇਰੇ ਗੁਰਦੇਵ ਪਿਤਾ ਦਾ, ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਉੱਥੇ ਨਾਮ ਨੂੰ ਤੀਰਥ ਮੇਰੇ ਮਾਲਕ ਨੇ ਕਿਹਾ, ਨਾਮ ਤੀਰਥ। ਆਪਾਂ ਨਾਮ ਦੇ ਤੀਰਥ ਵਿੱਚ ਆਪਾਂ ਚੁੱਭੀ ਮਾਰਨੀ, ਸੁਰਤ ਨੇ ਮੇਰੇ ਚੁੱਭੀ ਮਾਰਨੀ ਹੈ। ਸਤਿਗੁਰ ਸੱਚੇ ਪਿਤਾ ਕਹਿ ਰਹੇ ਨੇ, ਆਗੈ ਦਰਗਹਿ ਹੈ ਮੰਨੀਐ ਹੈ, ਮਿਲੈ ਨਿਥਾਵੇ ਤਾਉ। ਮਾਲਕ ਗੁਰਦੇਵ ਪਿਤਾ ਕਹਿੰਦੇ, ਭਲੇ ਹੁਣ ਇਹ ਗਾ ਕੀ, ਤੁਹਾਨੂੰ ਬਖਸ਼ਿਸ਼ ਕੀ ਮਿਲੇ। ਆਗੈ ਦਰਗਾ ਮੰਨੀਐ, ਆਗੇ ਮਿਲੇ, ਅੱਗੇ ਦਰਗਾ ਮਿਲੇ ਹਜ਼ੂਰੀ, ਪਰਮਾਤਮਾ ਦੀ ਹਜ਼ੂਰੀ ਦੇ ਅੰਦਰ ਤੁਸੀਂ ਪ੍ਰਵਾਨ ਹੋ ਜਾਓਗੇ, ਮੰਨੀਐ ਪ੍ਰਵਾਨ ਚੜ੍ਹ ਜਾਓਗੇ। ਉੱਥੇ ਨਿਰਾਦਰ ਨਹੀਂ ਹੋਏਗਾ ਫਿਰ ਤੁਹਾਡਾ, ਉੱਥੇ ਕੀ ਕਿਹਾ ਜਾਏਗਾ, ਆਓ ਬੈਠ ਆਦਰ ਸਭ ਦੇ, ਉੱਥੇ ਸਵਾਗਤ ਹੋਏਗਾ। ਫਿਰ ਉੱਥੇ ਸਾਨੂੰ ਰੇ ਰੇ ਕੋਈ ਨਹੀਂ ਕਹੇਗਾ, ਰੇ ਰੇ ਦਰਗਾ ਕਹੇ ਨਾ ਕਹੂ, ਆਓ ਬੈਠ ਆਦਰ ਸਭ ਦੇ। ਆਗੇ ਦਰਗਾ ਮੰਨੀ, ਮਿਲੈ ਨਥਾਵੇਂ ਥਾਉ, ਜਿਨ੍ਹਾਂ ਨੂੰ ਕੋਈ ਸੰਸਾਰ ਵਿੱਚ ਕੋਈ ਬੇਸ਼ੱਕ ਵੇਖਣ ਲਈ ਨਥਾਵਾਂ ਸੀ ਨਾ, ਪਰ ਜੇ ਉਹ ਨਾਮ ਦੀ ਪਰਮਾ ਗੁਰਦੇਵ ਦੇ ਨਾਮ ਦਿੱਤੇ ਨਾਮ ਨਾਲ ਜੁੜ ਗਿਆ, ਇੰਨਾ ਜੁੜ ਗਿਆ, ਇੰਨਾ ਜੁੜ ਗਿਆ, ਉਹ ਰੱਬ ਦੇ ਘਰ ਵਿੱਚ ਗਿਆ, ਉਹਨੂੰ ਥਾਂ ਮਿਲ ਗਿਆ ਰੱਬ ਦੇ, ਉਹ ਰਹਿਣ ਲਈ ਥਾਂ ਕਿੱਥੇ, ਫਿਰ ਰੱਬ ਦਾ ਨਿਵਾਸ ਕਿੱਥੇ ਹੈ, ਪਰਮਾਤਮਾ ਜੀ ਕਿੱਥੇ ਰਹਿੰਦੇ ਨੇ। ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਫਿਰ ਸੱਚਖੰਡ ਸਾਧ ਸੰਗ ਸੱਚਖੰਡ ਹੈ, ਆਏ ਚਿਰੋਖੇ ਖੋਲੇ ਬਾਣੀ। ਸੱਚਖੰਡ ਵਿੱਚ ਸੰਗਤ, ਵਿੱਚ ਸੰਗਤ ਹਰ ਪ੍ਰਭ ਵਸੇ ਜੀਓ, ਸੱਚਖੰਡ ਵਸੇ ਨਿਰੰਕਾਰ, ਸਾਧ ਸੰਗ ਸੱਚਖੰਡ ਹੈ। ਭਾਈ ਸਾਹਿਬ, ਭਾਈ ਗੁਰਦਾਸ ਜੀ, ਸਾਧ ਸੰਗ ਸੱਚਖੰਡ ਹੈ, ਆਏ ਚਿਰੋਖੇ ਖੋਲੇ ਬਾਣੀ। ਉਹ ਮੇਰੇ ਗੁਰਦੇਵ ਪਿਤਾ ਨੇ ਸਾਹਿਬ ਸੱਚਖੰਡ ਦਿੱਤੇ, ਨਿਰੰਕਾਰ ਇੱਥੇ ਵਸ ਇਹ ਹੈ ਜਿੱਥੇ ਸੱਚਖੰਡ ਰੱਬ ਜੀ ਵੱਸਦੇ ਨੇ, ਪਾਉਣਾ ਨਾ ਰੱਬ। ਮਾਲਕ ਸੱਚੇ ਪਿਤਾ ਜੀ ਕਹਿੰਦੇ ਨੇ, ਆਗੇ ਦਰਗਾਹ ਮੰਨੀਐ, ਮਿਲੇ ਨਥਾਵੇਂ ਥਾਂ ਜੀ। ਭਾਈ ਰੇ ਸਾਚੀ ਸਤਿਗੁਰ ਸੇਵ, ਸਤਿਗੁਰ ਤੁੱਠੈ ਪਾਈਐ, ਪੂਰਨ ਅਲਖ ਅਭੇਵ ਰਹਾਉ, ਸਤਿਗੁਰ ਬਿਟਹੋ ਵਾਰਿਆ, ਜਿਨ ਦਿੱਤਾ ਸੱਚ ਨਾਉ। ਹੁਣ ਮਾਲਕ ਗੁਰਦੇਵ ਪਿਤਾ ਜੀ ਹੁਣ ਜਗਿਆਸੂ ਦੀ ਸੁਰਤ ਨੂੰ ਚੁੱਕਿਆ, ਸਿਖਰ 'ਤੇ ਲੈ ਗਏ, ਗੁਰੂ ਦੁਆਰਾ ਪ੍ਰਾਪਤ ਹੋਣ ਵਾਲੀ ਬਖਸ਼ਿਸ਼ ਨਾਲ ਝੋਲੀਆਂ ਭਰ ਦਿੱਤੀਆਂ। ਜਦੋਂ ਐਸੀ ਨਦਰ ਦੇ ਪਾਤਰ ਬਣ ਜਾਂਦੇ ਜਗਿਆਸੂ, ਫਿਰ ਆਪਣੇ ਮੁਰਸ਼ਦ ਦੇ ਪਿਆਰ ਨਾਲ ਲੱਭੋ ਲੱਭ ਭਰ ਜਾਂਦੇ, ਫਿਰ ਉਹਦੇ ਅੰਦਰੋਂ ਆਪਣੇ ਗੁਰਦੇਵ ਤੋਂ ਵਾਰਨੇ ਜਾਣ ਦੀ, ਸਦਕੇ ਜਾਣ ਦੀ, ਕੋਲੀ ਜਾਣ ਦੀ, ਕੁਰਬਾਨ ਹੋਣ ਦੀ ਨਾ, ਅੰਦਰੋਂ ਬੇਮਹਾਰੇ ਇੱਕ ਅਵਸਥਾ ਪੈਦਾ ਹੋ ਜਾਂਦੀ। ਸਤਿਗੁਰ ਵਿੱਚੋਂ ਵਾਰਨਾ, ਆਪਣੇ ਗੁਰਦੇਵ ਪਿਤਾ ਤੋਂ ਵਾਰਨੇ ਕੁਰਬਾਨ ਜਾਣ ਦੀ ਅੰਦਰ ਅਵਸਥਾ ਪੈਦਾ ਹੋ ਗਈ। ਗੁਰਦੇਵ ਤੋਂ ਵਾਰਨੇ ਜਾਈਏ, ਸਦਕੇ ਜਾਈਏ, ਕੋਲੀ ਜਾਈਏ, ਇੱਕ ਵਾਰ ਨਹੀਂ ਸਦ ਸਦਾ ਜਾਈਏ। ਕਿਉਂ? ਉਹਨਾਂ ਮੈਨੂੰ ਮੁਕਤੀ ਦਾ ਦਰਵਾਜ਼ਾ ਦਿਖਾ ਦਿੱਤਾ,
ਮੇਰੀ ਸੁਰਤ ਨੂੰ ਅਗਿਆਨਤਾ 'ਚ ਕੱਢ ਕੇ ਮੇਰੇ ਮਾਲਕ ਕਹਿੰਦੇ ਨੇ ਮੈਨੂੰ ਮੁਕਤੀ ਦੇ ਘਰ ਲੈ ਗਏ ਨੇ। ਐਸੇ ਗੁਰ ਕੋ ਬਲ ਬਲ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੇ। ਉਹਨਾਂ ਕੋ ਨਹੀਂ ਜਿਹੜੇ ਨੱਚਦੇ ਟੱਪਦੇ ਫਿਰਦੇ ਨੇ, ਜਿਹੜੇ ਨਕਲੀ ਮਸੰਬਰ ਮਸੰਜਰ ਆਫ ਗੋਡ ਬਣਨ ਦੀ ਕੋਸ਼ਿਸ਼ ਕਰਨ, ਖਿਮਾ ਕਰਨ, ਗੋਡ ਦਾ ਮਸੰਜਰ ਸਟੰਟ ਨਹੀਂ ਕਰਦਾ, ਅਤੇ ਜਿਹੜਾ ਸਟੰਟ ਕਰਦਾ ਹੈ ਉਹ ਗੋਡ ਦਾ ਮਸੰਜਰ ਨਹੀਂ ਹੁੰਦਾ। ਉਹਦਾ ਸੁਨੇਹਾ ਦੇਣ ਵਾਲਾ ਨਹੀਂ ਹੁੰਦਾ। ਹੁਣ ਸਤਿਗੁਰ ਵਿੱਚੋਂ ਵਾਰ ਜਾਣੇ ਜਿਨ ਦਿੱਤਾ ਹੈ ਅੰਮ੍ਰਿਤ ਨਾਉ, ਜਿਹਨੇ ਪਰਮਾਤਮਾ ਜੀ ਦੇ ਅੰਮ੍ਰਿਤ ਨਾਮ ਦੀ ਦਾਤ ਬਖਸ਼ਿਸ਼ ਕੀਤੇ, ਮੈਂ ਆਪਣੇ ਕਾਮਲ ਮੁਰਸ਼ਿਦ ਤੋਂ ਨਾ ਸਦਕੇ ਕੋਲੀ ਵਾਰਨੇ ਜਾਂਦਾ ਹਾਂ। ਆਨੰਦ ਸੱਚ ਸਲਾਹਣਾ ਸੱਚੇ ਕੇ ਗੁਣ ਗਾਉ। ਕੀ ਹੋ ਗਿਆ, ਜੀਵਨ ਮਰਜ਼ਾਦਾ ਕੀ ਬਣ ਗਏ। ਜਦੋਂ ਸਤਿਗੁਰ ਨੇ ਅੰਮ੍ਰਿਤ ਨਾਮ ਦੇ ਦਿੱਤਾ ਫਿਰ ਮੇਰੇ ਵਰਗੇ ਨਹੀਂ ਕਿ ਅੰਮ੍ਰਿਤ ਛਕ ਲਿਆ ਆ ਕੇ ਕਿਰਪਾਨ ਕਿੱਲੀ 'ਤੇ ਟੰਗ ਦਿੱਤੀ, ਨਿਤਨੇਮ ਦੀ ਵਾਰੀ ਆਈ ਅਤੇ ਅੱਖ ਹੀ ਨਹੀਂ ਖੁੱਲ੍ਹੀ। ਦੋ ਵੇਲੇ ਗੁਰਦੁਆਰੇ ਜਾਣਾ ਸੀ ਚੇਤਾ ਹੀ ਭੁੱਲ ਗਿਆ, ਹਫ਼ਤੇ ਵਾਰ ਵੀ ਨਹੀਂ ਗਿਆ। ਇੰਜ ਨਹੀਂ, ਹੁਣ ਅੰਮ੍ਰਿਤ ਦੀ ਦਾਤ ਮਿਲ ਗਈ, ਸਤਿਗੁਰ ਨੇ ਨਾਮ ਦੇ ਦਿੱਤਾ, ਫਿਰ ਅਨਦਿਨ ਸੱਚ ਸਲਾਹਣਾ ਜੀਵਨ ਮਰਜ਼ਾਦਾ ਬਣ ਗਈ। ਪਹਿਲਾਂ ਕਦੀ ਕਦੀ ਰੱਬ ਕਹਿੰਦਾ ਸੀ, ਵਾਹਿਗੁਰੂ ਵਾਹਿਗੁਰੂ ਕਹਿੰਦਾ ਸੀ, ਹੁਣ ਨਾ ਦਿਨੇ ਵੀ ਕਹਿੰਦਾ ਅਤੇ ਰਾਤ ਵੀ ਕਹਿੰਦਾ ਅਤੇ ਲਗਾਤਾਰ ਕਹੀ ਜਾਂਦਾ। ਹਲ ਚਲਾਉਂਦਿਆਂ ਵੀ ਰੱਬ ਵਾਲੇ ਪਾਸੇ ਧਿਆਨ, ਆਟਾ ਗੁੰਦਦਿਆਂ ਰੱਬ ਵਾਲੇ ਪਾਸੇ ਧਿਆਨ, ਤੁਰਿਆਂ ਜਾਂਦਿਆਂ ਵੀ ਰੱਬ ਵਾਲੇ ਪਾਸੇ ਧਿਆਨ। ਹੁਣ ਤਾਂ ਮਾਲਕ ਗੁਰਦੇਵ ਪਿਤਾ ਜੀ ਕਹਿੰਦੇ ਨੇ ਜੀਵਨ ਮਰਜ਼ਾਦਾ ਹੀ ਬਦਲ ਗਈ, ਜੀਵਨ ਦੀ ਤਰਤੀਬ ਬਦਲ ਗਈ। ਪਹਿਲਾਂ ਤਾਂ ਕਦੀ ਕਦਾਰ ਨਿਕਲਦਾ ਸੀ ਘਰੋਂ ਗੁਰਦੁਆਰੇ ਵਾਲੇ ਪਾਸੇ, ਜਾਂ ਕੋਈ ਗਰਜ ਪੈਦਾ ਹੁੰਦੀ ਸੀ ਤਾਂ ਜਾਇਆ ਕਰਦਾ ਸੀ। ਹੁਣ ਮਾਲਕ ਕੀ ਅਵਸਥਾ ਆ ਗਈ, ਅਨਦਿਨ ਉਹ ਅਨਦਿਨ ਕੀ ਕਰ ਰਹੇ, ਪਰਮਾਤਮਾ ਦੇ ਨਾਮ ਨੂੰ ਸੱਚ ਨੂੰ ਸਲਾਹ ਰਹੇ, ਸੱਚੇ ਦੀ ਸਿਫਤੋਂ ਸਲਾਹ ਕਰ ਰਹੇ। ਹੁਣ ਉਹਨੂੰ ਜੁਗਤੀ ਮਿਲ ਗਈ, ਉਹਦੇ ਅੰਦਰ ਧਾਰਨਾ ਬਣ ਗਈ, ਹੁਣ ਪਰਮਾਤਮਾ ਦਾ ਗੀਤ ਉਹਦੇ ਅੰਦਰ ਹਿਰਦੇ 'ਚ ਵੱਸ ਗਿਆ, ਇੰਨਾ ਕੁ ਵੱਸ ਗਿਆ ਕਿ ਹੁਣ ਅੰਦਰੋਂ ਆਪੇ ਹੀ ਉਹ ਗੀਤ ਜਿਹੜਾ ਨਾ ਰਸਨਾ 'ਤੇ ਆ ਕੇ ਟਿਕ ਜਾਂਦਾ, ਬੋਲਣ ਲੱਗ ਪੈਂਦੇ। ਹੁਣ ਗਾਉਣ ਲੱਗਿਆਂ ਕੋਈ ਝਿਜਕ ਨਹੀਂ ਆਉਂਦੀ, ਸੰਸਾਰ ਮੈਨੂੰ ਕੀ ਕਹੇਗਾ। ਹੁਣ ਅੰਦਰੋਂ ਫੁਹਾਰਾ ਬਣ ਕੇ ਨਿਕਲ ਪੈਂਦਾ ਅਤੇ ਮੇਰੇ ਸਤਿਗੁਰੂ ਪਿਤਾ ਜੀ ਕਹਿੰਦੇ ਨੇ ਅਨਦਿਨ ਸੱਚ ਸਲਾਹਣਾ। ਹੁਣ ਸੱਚ ਦੀ ਸਲਾਹੁਣ ਵਾਲੀ ਕਿਰਿਆ ਇਸ ਤਰ੍ਹਾਂ ਮਨ ਪੈਦਾ ਹੋ ਗਈ ਅਤੇ ਪਰਮਾਤਮਾ ਦੇ ਗੁਣ ਗਾਉਣ ਦੀ ਜੁਗਤੀ ਮਿਲ ਗਈ, ਵਾਹਿਗੁਰੂ ਦਾ ਗੁਣ ਗਾਉਣ ਵਾਲਾ ਸੁਭਾਅ ਬਣ ਗਿਆ, ਨਾਮ ਲੈਣ ਵਾਲਾ ਸੁਭਾਅ ਬਣ ਗਿਆ। ਫਿਰ ਲੈ ਰਹੇ ਨੇ, ਅਕੇਵਾਂ ਨਹੀਂ, ਥਕੇਵਾਂ ਨਹੀਂ, ਹੁਣ ਤਾਂ ਆਕਾ ਥੱਕਣ ਵਾਲੀ ਕਿਰਿਆ ਹੀ ਖਤਮ ਹੋ ਗਈ। ਆਪਾਂ ਥੱਕ ਜਾਂਦੇ ਹਾਂ, ਬਾਣੀ ਦਾ ਪਾਠ ਕਰਦੇ ਹਾਂ ਵੀ ਥੱਕ ਜਾਈਏ, ਅਤੇ ਤੁਰਦੇ ਹਾਂ ਫਿਰਦੇ ਹਾਂ ਰੱਬ ਰੱਬ ਕੋਈ ਕਹੇ, ਅਤੇ ਮੇਰੇ ਵਰਗਾ ਨਾ ਨਾਸਤਿਕ ਜੀ ਬਿਰਤੀ ਵਾਲਾ ਕਹਿੰਦਾ ਕੀ ਤੂੰ ਰੱਬ ਨੂੰ ਬਿਪਤਾ ਪਾਈ ਹੋਈ, 24 ਘੰਟੇ ਰੱਬ ਰੱਬ ਹੀ ਕਰਦਾ ਰਹਿ, ਇਸ ਤਰ੍ਹਾਂ ਦੇ ਵੀ ਟੱਕਰ ਜਾਂਦੇ। ਭਲਿਆ ਤੂੰ ਮਾਇਆ ਮਾਇਆ ਕਰ ਰਹੇ ਅਤੇ ਮੈਂ ਮਾਇਆ ਦੇ ਪਤੀ ਨੂੰ ਯਾਦ ਕਰ ਰਿਹਾ, ਕਿਹੜੀ ਮਾੜੀ ਗੱਲ ਹੈ। ਦੁਨੀਆਂ ਦੇ ਸਾਰੇ ਬੰਦੇ ਮਾਇਆ ਦਾ ਸਿਮਰਨ ਕਰਦੇ ਨੇ, ਇਹਦੇ ਮੇਰੇ ਸਤਿਗੁਰੂ ਵੀ ਕਹਿੰਦੇ ਨੇ ਮਾਇਆ ਮਨੋ ਨਾ ਬੀਸਰੈ, ਮੰਗੇ ਦਮਾ ਦਮ, ਅਤੇ ਜਦੋਂ ਗੁਰੂ ਮਿਲ ਗਿਆ ਉਹਦਾ ਦਮ ਮਾਇਆ ਵਾਲੇ ਪਾਸੇ ਜਾਣਾ ਸੀ, ਦਮ ਰੱਬ ਵਾਲੇ ਪਾਸੇ ਚਲਾ। ਹੁਣ ਮਾਇਆ ਦਾ ਰੱਬ ਕੌਣ ਹੈ, ਮਾਇਆ ਦਾ ਪਤੀ ਹੈ, ਮਾਧੋ ਮਾਇਆ ਦਾ ਪਤੀ ਪਰਮਾਤਮਾ। ਸੰਸਾਰ ਅਗਿਆਨੀ ਮਾਇਆ ਨੂੰ ਯਾਦ ਕਰ ਰਹੇ, ਗਿਆਨੀ ਮਾਇਆ ਦੇ ਪਤੀ ਨੂੰ ਯਾਦ ਕਰ ਰਹੇ। ਗੁਰੂ ਨੇ ਕਹਿ ਦਿੱਤਾ ਸਭੇ ਥੋਕ ਪ੍ਰਾਪਤ
जे आवे एक हाथ। ये गुरदेव ने जुगती दे दी, आप भी गुरदेव दे ज्ञान दे दिते हुए रब्बी बचना नू गाइए। सच खाना सच पहनना सचे सचा नाव। हुण भोजन केड़ा बन गया? सच खाना सच दा भोजन। थाल विच तीन वस्तु पई, थाल परोसे होया गुरदेव ने सच भोजन दा थाल परोसे होया। सुधर दी बाणी पढ़ी दी है ना, मुदामणी महला पंजवा, थाल विच तीन वस्तु पई हो, सत सत सच भोजन। सत तो गल शुरू की थी, सत अगे किया जी संतो अगे संतो। हुण मालिक सच्चे पातशाह कहिंदे थाल विच तीन वस्तु पई हो, तीन वस्तुआं मेरे गुरदेव पिता कहिंदे थाल विच पा दित्तियां, सत संतोख ते विचार। ये खानियां आपां, ये कदों आदत बनेगी? अजे तो मैं सत दे लागो नहीं लंघदा, अजे तो मैं कूड़ नूं भोजन बनाना चाहना, अजे मैं रूप नूं भोजन बनाना चाहना, अजे मेरी भुखे सादे गंढ है, अजे मेरी स्वाद ते भुख की गंढ पै गई। सच भोजन नहीं बनिया, सच भोजन सच पहनना। हुण कपड़ा भी पाने सच दा, सिफत ते शर्म दा कपड़ा पाने आपां ने। आपां रत्ता पहनन मन रत्ता, सो पेदी सतदान। असी कपड़ा केड़ा पाने? बाणी सानूं कपड़े दित्ते। ये सत दी पोशाक धारण करनी है, ते जिन्हां सच दी पोशाक धारण कर ली उह नंगे होणगे, सवाल ही नहीं पैदा। हुण सच की पोशाक पानी है, तो मालक गुरदेव पिता जी कहिंदे ने सच खाना सच पहनना, तो नाल ही परमात्मा का जिहड़ा सच्चा नाम है ना, ये मन विच वसदा है, इहदे नाल सुरत जुड़ जाती है, ये सिमरती का हिस्सा बन जाता है। फिर जिहदा भोजन सच है, जिहदा पहनण सच है, वह फिर सच विच ही जीउंदा है, वह सच च ही जीउंदा है। हुण जाच आ जाती है सच विच जीउण दी, सच नूं कमाउण दी, सच नूं ध्याउण दी, सच नूं गाउण दी। बस जिहनूं जाच आ गई उहनां ने पा लिया। सास गिरास ना बिसरै, सफल मूरत गुर आप। ऐसी अवस्था वाले जिहड़े जग्यासु जन आप जैसे ने ना, फिर उन्हां नूं वाहिगुरु जी सास गिरास ना विसरै, उन्हां नूं परमात्मा जी ना सास विच विसरदे ने ना गिरास विच विसरदे ने। उन्हां दे लई गुरु की जिहड़ी सफल मूर्त है वह रब है। वह फिर गुरु नूं ना मानख रूप नहीं जानदे, उन्हां दे लई गुरु कोई व्यक्ति नहीं। जिवें संसार दे अंदर व्यक्ति गुरु लभे जांदे, सिख का तस्वर गुरु के प्रति उच्चा च निकल जाता। उन्होंने आप दर्थे परमात्मा आप ही गुरु का रूप है। उथे गुरु ते परमेश्वर एक ने, गुरकर्ता गुर करने जोग, गुर परमेश्वर है पी हो, गुरकर्ता गुर करने जोग, गुर परमेश्वर है पी हो। गुरु परमेश्वर है, रहेगा।
ਹੁਣ ਇਹ ਸਾਡੇ ਅੰਦਰ ਇਸ ਤਰ੍ਹਾਂ ਦਾ ਗਿਆਨ ਪੈਦਾ ਹੁੰਦਾ ਹੈ। ਗੁਰ ਜੇਵੜ ਅਵਰ ਨਾ ਦਿਸਈ, ਆਠ ਪਹਿਰ ਤਿਸ ਜਾਪ। ਮੇਰੇ ਮਾਲਕ ਗੁਰਦੇਵ ਪਿਤਾ ਸਾਡੀ ਵਰਗੇ ਰੂਹਾਂ ਨੂੰ ਸਾਨੂੰ ਕਹਿੰਦੇ ਭਲਿਓ, ਮੈਂ ਜਦੋਂ ਆਪਣੇ ਜੀਵਨ ਦੇ ਅੰਦਰ ਗੁਰੂ ਨੂੰ ਜ਼ਿੰਦਗੀ 'ਚ ਜੀਉ ਕੇ ਵੇਖਿਆ, ਮੈਂ ਗੁਰਦੇਵ ਦੇ ਸ਼ਬਦ ਨੂੰ ਆਪਣੇ ਹਿਰਦੇ ਅੰਦਰ ਟਿਕਾ ਕੇ ਦੇਖਿਆ, ਕਿਵੇਂ ਧੰਨ ਗੁਰੂ ਅਰਜਨ ਸਾਹਿਬ ਦੇ ਪਾਵਨ ਬੋਲ ਨੇ, ਪਿਊ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਦਾਨਾ। ਕਹਿੰਦੇ ਜਦੋਂ ਮੈਂ ਆਪਣੇ ਪਿਓ ਜੀ ਦਾ ਦਾਦੇ ਦਾ ਖਜ਼ਾਨਾ ਖੋਲ੍ਹਿਆ, ਕਿਹੜਾ ਖਜ਼ਾਨਾ? ਗੁਰਬਾਣੀ ਦਾ ਖਜ਼ਾਨਾ। ਆਪਾਂ ਵੀ ਖਜ਼ਾਨਾ ਰੋਜ਼ ਖੋਲ੍ਹ ਕੇ ਬਹਿ ਜਾਂਦੇ, ਇਹ ਸਾਡੇ ਪਿਓ ਦਾ ਖਜ਼ਾਨਾ ਹੈ, ਸਾਡੇ ਦਾਦੇ ਦਾ ਖਜ਼ਾਨਾ ਹੈ। ਇਹ ਸਿੱਖ ਨੂੰ ਮਾਣ ਹੈ ਕਿ ਜੇ ਸਾਡੇ ਪਿਓ ਦਾ ਖਜ਼ਾਨਾ ਹੈ ਨਾ, ਇਹ ਬੜਾ ਭਰਿਆ ਹੋਇਆ ਖਜ਼ਾਨਾ ਹੈ। ਮੇਰਾ ਪਿਓ ਮੇਰਾ ਗੁਰੂ ਸਾਗਰ ਹੈ, ਅਤੇ ਮੇਰਾ ਗੁਰੂ ਕਿਤਰਾਂ ਦਾ ਸਾਗਰ ਹੈ, ਖਾਰਾ ਸਮੁੰਦਰ ਨਹੀਂ ਹੈ। ਜਿਹਨੂੰ ਦੇਵਤਿਆਂ ਅਤੇ ਰਾਕਸ਼ਿਆਂ ਨਾਲ ਰਿੜਕਿਆ ਸੀ, ਇਹ ਸਾਗਰ ਕਿਤਰਾਂ ਦਾ ਹੈ? ਗੁਰਸਾਗਰ ਰਤਨੀ ਭਰਪੂਰੇ, ਇਹ ਮੇਰੇ ਗੁਰਦੇਵ ਦਾ ਗਿਆਨ ਰੂਪੀ ਸਾਗਰ ਰਤਨਾਂ ਨਾਲ ਭਰਿਆ ਹੋਇਆ। ਫਿਰ ਮਾਲੋ ਗੁਰਦੇਵ ਪਿਤਾ ਜੀ ਕਹਿੰਦੇ ਨੇ, ਗੁਰਜੇਵੜ ਜਿਹੜਾ ਹੈ ਨਾ, ਇਸ ਸੰਸਾਰ ਦੇ ਲੋਕੋਂ ਦਾਤਾ ਕੋਈ ਨਹੀਂ, ਅਤੇ ਗੁਰੂ ਰੱਬ ਦੀ ਸਫਲ ਮੂਰਤ ਹੈ। ਹੁਣ ਸਾਡੇ ਅੰਦਰ ਇਸ ਤਰ੍ਹਾਂ ਦਾ ਤਸੱਵਰ ਬਣਿਆ ਰਹੇ, ਇਸ ਤਰ੍ਹਾਂ ਦਾ ਗੁਰੂ ਨਾਲ ਆਪਾਂ ਸਾਂਝ ਪਾਣੀ ਹੈ, ਐਵੇਂ ਨਹੀਂ ਆਪਣੇ ਗੁਰਦੇਵ ਦਾ ਦਰ ਨਿੱਕੀ ਜਿਹੀ ਗੱਲ ਪਿੱਛੇ ਛੱਡ ਕੇ ਦੂਜੇ ਪਾਸੇ 'ਤੇ ਚਲੇ ਜਾਣ। ਜੇ ਮਾਂ ਬੱਚੇ ਦੀ ਕੋਈ ਅਗਿਆਨਤਾ ਵਾਲੀ ਮੰਗ ਪੂਰੀ ਨਾ ਕਰੇ, ਅਤੇ ਬੱਚਾ ਕਵੇ ਹੁਣ ਤੂੰ ਮੇਰੀ ਮਾਂ ਹੀ ਨਹੀਂ, ਅਤੇ ਖਿਮਾ ਕਰਨਾ, ਉਹ ਬੱਚੇ ਨੂੰ ਕੀ ਕਹਾਂਗੇ? ਸਿਆਣਾ ਕਹਾਂਗੇ ਜਾਂ ਬੇਅਕਲਾ ਕਹਾਂਗੇ? ਉਹਨੂੰ ਬੇਅਕਲਾ ਕਹਿਣਾ ਪਏਗਾ। ਭਲੇ ਗੁਰੂ ਮਾਂ ਏ, ਮੈਂ ਮੰਗ ਮੰਗਦਾ, ਕਈ ਵਾਰ ਮੇਰੀ ਮੰਗ ਅਗਿਆਨਤਾ ਵਾਲੀ ਹੁੰਦੀ। ਗੁਰੂ ਮਾਂ ਨੂੰ ਪਤਾ ਹੈ ਇਹ ਮੰਗ ਜੇ ਮੈਂ ਪੂਰੀ ਕੀਤੀ, ਮੇਰਾ ਬੱਚਾ ਉਹਦੇ 'ਚ ਉਲਝ ਜਾਏਗਾ, ਦੂਜੇ ਪਾਸੇ ਪਚ ਜਾਏਗਾ, ਅਤੇ ਗੁਰੂ ਮਾਂ ਧਿਆਨ ਰੱਖਦੀ ਸਾਡਾ। ਇਸ ਵਾਸਤੇ ਗੁਰੂ ਦੇ ਪ੍ਰਤੀ ਕਦੀ ਸ਼ੰਕਾ ਵਾਦੀ ਨਹੀਂ ਹੋਣਾ। ਨਜ਼ਰ ਕਰੇ ਤਾਂ ਪਾਈ ਹੈ ਸੱਚ ਨਾਮ ਗੁਣ ਤਾਸ। ਨਜ਼ਰ ਕਰੇ ਤਾਂ ਪਾਈ ਹੈ, ਗੁਰੂ ਜਦੋਂ ਨਜ਼ਰ ਕਰਦਾ ਹੈ ਤਾਂ ਤਦੋਂ ਪਾਈ ਹੈ, ਪਾਇਆ ਜਾਂਦਾ ਹੈ ਸੱਚ ਨਾਮ ਗੁਣ ਤਾਸ। ਪਰਮਾਤਮਾ ਜੋ ਗੁਣਾਂ ਦਾ ਤਾਸ ਕਹੀਏ ਭੰਡਾਰਾ ਹੈ, ਉਹ ਸੱਚੇ ਨਾਮ ਦੇ ਭੰਡਾਰੇ ਪਰਮਾਤਮਾ ਨੂੰ ਪ੍ਰਾਪਤ ਕਰੀਦਾ ਹੈ ਜਦੋਂ ਭਾਗਾਂ ਵਾਲਿਓ ਗੁਰੂ ਜੀ ਦੀ ਨਜ਼ਰ ਹੁੰਦੀ ਹੈ। ਗੁਰ ਪਰਮੇਸ਼ਰ ਏਕ ਹੈ ਸਭ ਮੈਂ ਰਹਿਆ ਸਮਾਏ। ਭਾਗਾਂ ਵਾਲਿਓ ਗੁਰ ਪਰਮੇਸ਼ਰ ਏਕ, ਗੁਰੂ ਅਤੇ ਰੱਬ ਇੱਕੋ ਹੀ ਨੇ, ਦੋ ਨਹੀਂ। ਅੱਡ ਅੱਡ ਕਰਕੇ ਨਾ ਦੇਖ, ਉਹ ਜਨਮ ਸਾਖੀ ਦੇ ਬੋਲ ਬਾਬੇ ਨਾਨਕ ਨੂੰ ਪਰਮੇਸ਼ਰ ਜੀ ਵੱਲੋਂ ਕਹਿ ਗਏ, ਨਾਨਕ ਮੈਂ ਪਾਰ ਬ੍ਰਹਮ ਪਰਮੇਸ਼ਰ, ਤੂੰ ਗੁਰ ਪਰਮੇਸ਼ਰ। ਨਾਨਕ ਮੈਂ ਪਾਰ ਬ੍ਰਹਮ ਪਰਮੇਸ਼ਰ, ਤੂੰ ਗੁਰ ਪਰਮੇਸ਼ਰ। ਗੁਰੂ ਨਾਨਕ ਜੀ ਗੁਰ ਪਰਮੇਸ਼ਰ ਨੇ। ਹੁਣ ਗੁਰ ਪਰਮੇਸ਼ਰ ਸਾਨੂੰ ਗੁਰ ਪਰਮੇਸ਼ਰ ਨਾਲ ਜੁੜਨਾ ਹੈ ਆਪਾਂ। ਹੁਣ ਮਾਲਕ ਗੁਰਦੇਵ ਪਿਤਾ ਜੀ ਕਹਿੰਦੇ ਨੇ ਭਲਿਓ, ਦੁਬਾਰਾ ਭਾਈ ਸਾਹਿਬ ਜੀ ਪੰਕਤੀ ਪੜ੍ਹ ਲੱਗੇ ਨੇ, ਧਿਆਨ ਆਪਾਂ ਸਾਰੇ ਦਈਏ। ਗੁਰ ਪਰਮੇਸ਼ਰ ਏਕ ਹੈ
ਸਭ ਮਹਿ ਰਹਿਆ ਸਮਾਏ। ਮਾਲਕ ਕਹਿੰਦੇ ਗੁਰ ਪਰਮੇਸ਼ਰ ਇੱਕ ਹੈ, ਸਾਹਮਣੇ ਰਿਹਾ ਸਮਾਏ। ਉਹ ਪਰਮਾਤਮਾ ਗੁਰੂ ਰੂਪ ਵੀ ਹੈ, ਆਪਣਾ ਪਰਮੇਸ਼ਰੀ ਰੂਪ ਵੀ ਰੱਖਦਾ ਹੈ, ਅਤੇ ਮੇਰੇ ਗੁਰੂ ਰੱਬ ਰੂਪ ਨੇ, ਕਿਉਂਕਿ ਜੋਤ ਰੂਪ ਹਰਿਆਪ ਗੁਰੂ ਨਾਨਕ ਕਹਾਇਓ, ਜੋਤ ਰੂਪ ਹਰਿਆਪ ਗੁਰੂ ਨਾਨਕ ਕਹਾਇਓ। ਉਹਨਾਂ ਨੇ ਆਪਣੀ ਜੋਤ ਦਾ ਨਾਮ ਹੀ ਨਾਨਕ ਰੱਖੇ, ਇਸ ਲਈ ਨਾਨਕ ਰੱਬ ਹੈ, ਰੱਬ ਨਾਨਕ ਹੈ। ਇਹ ਗੱਲ ਸਧਾਰਨ ਤੌਰ 'ਤੇ ਮੈਨੂੰ ਸਮਝ ਨਹੀਂ ਆਏ। ਅਸੀਂ ਥੱਲੇ ਝਾਕਦੇ ਹਾਂ, ਸਾਡੀਆਂ ਸੁਰਤਾਂ ਨੇ ਅਜੇ ਉਡਾਣ ਭਰਨੀ ਹੈ। ਹੁਣ ਮਾਲਕ ਕਹਿੰਦੇ ਗੁਰ ਪਰਮੇਸ਼ਰ ਇੱਕ ਹੈ, ਸਭ ਮੇ ਰਿਹਾ ਸਮਾਏ। ਰੱਬ ਵੀ ਸਾਰਿਆਂ ਵਿੱਚ ਸਮਾਇਆ ਹੋਇਆ ਹੈ, ਅਤੇ ਗੁਰੂ ਇਹ ਵੀ ਸਾਰੀ ਥਾਵਾਂ 'ਤੇ। ਸਤਿਗੁਰ ਮੇਰਾ, ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੇਰਿਆ ਸਮਾਏ। ਜਿਨ ਕਾ ਪੂਰਵ ਲਿਖਿਆ ਸੇਈ ਨਾਮ ਧਿਆਏ। ਮਾਲਕ ਕਹਿੰਦੇ ਜਿਨ੍ਹਾਂ ਦੀ ਜ਼ਿੰਦਗੀ ਅੰਦਰ ਮਾਲਕ ਨੇ ਲਿਖ ਦਿੱਤਾ, ਜਾਂ ਮਾਲਕ ਤੋਂ ਲਿਖਾਉਣ ਦਾ ਸੁਭਾਗ ਪ੍ਰਾਪਤ ਹੋ ਗਿਆ, ਸਹੀ ਨਾਮ ਧਿਆਏ। ਉਹ ਕੀ ਕਰਦੇ ਨੇ, ਰੱਬ ਜੀ ਦੇ ਨਾਮ ਨੂੰ ਕੀ ਕਰਦੇ ਨੇ, ਧਿਆਉਂਦੇ ਨੇ, ਜਪਦੇ ਨੇ, ਆਰਾਧਦੇ ਨੇ, ਚੇਤਦੇ ਨੇ, ਸਿਮਰਦੇ ਨੇ। ਉਹ ਪਰਮਾਤਮਾ ਦੇ ਨਾਮ ਨੂੰ ਸਿਮਦੇ ਨੇ। ਇਹ ਵਡਭਾਗੀਆਂ ਦੀ ਜ਼ਿੰਦਗੀ ਵਿੱਚ ਆਇਆ, ਜਿਨ੍ਹਾਂ ਦੇ ਮਾਲਕ ਨੇ ਲਿਖ ਦਿੱਤਾ, ਮਾਲਕ ਦੀ ਕਿਰਪਾ ਹੋ ਗਈ, ਉਹ ਲੇਖ ਲਿਖਿਆ ਪ੍ਰਗਟ ਹੋ ਗਿਆ, ਜਿਵੇਂ ਜਿਵੇਂ ਕਮਾਇਆ ਤਿਵੇਂ ਤਿਵੇਂ ਲਿਖਿਆ ਗਿਆ, ਲਿਖਿਆ ਹੋਇਆ ਪ੍ਰਗਟ ਹੋ ਗਿਆ। ਫਿਰ ਇਹੋ ਜਿਹੇ ਜੀਵ ਕੀ ਕਰਦੇ ਨੇ, ਤਿਆਰ ਹੈ। ਸੰਗਤ ਵਿੱਚ ਬਹੁਤ ਸਾਰੇ ਬੱਚੇ ਬੈਠੇ, ਕਿੰਨੇ ਖੁਸ਼ਕਿਸਮਤ ਨੇ। ਭਾਈ ਸਾਹਿਬ ਭਾਈ ਪ੍ਰੀਤਮ ਸਿੰਘ ਜੀ ਕਹਿੰਦੇ ਇੱਥੇ ਸੰਗਤ ਦਾ ਸਰੂਪ ਹੀ ਅਦੁੱਤੀ ਹੈ। ਆਮ ਗੁਰਦੁਆਰਿਆਂ 'ਚ ਬੱਚੇ ਨਹੀਂ ਹੁੰਦੇ, ਨੌਜਵਾਨ ਵੀ ਨਹੀਂ ਹੁੰਦੇ, ਜ਼ਿਆਦਾ ਬਜ਼ੁਰਗ ਬਜ਼ੁਰਗ ਬੈਠੇ। ਪਰ ਇੱਥੇ ਅੱਜ ਬੱਚੇ ਬੈਠੇ, ਅਤੇ ਅੱਜ 23 ਤਰੀਕ ਹੈ, ਦਸਤਾਰ ਦਿਵਸ ਹੈ। ਮੈਂ ਦੇਖ ਰਿਹਾ ਨਿੱਕੇ ਨਿੱਕੇ ਬੱਚੇ, ਦਸਤਾਰਾਂ ਸਜਾ ਕੇ ਆਏ। ਮਾਵਾਂ ਨੇ ਕੋਸ਼ਿਸ਼ ਕੀਤੀ, ਸਾਰੀਆਂ ਨੇ ਨਹੀਂ ਕੀਤੀ, ਥੋੜ੍ਹੀਆਂ ਨੇ ਕੀਤੀ, ਕਿਸੇ ਦੇ ਪਿਤਾ ਨੇ ਕੀਤੀ ਹੋਏਗੀ। ਕੁਝ ਬੱਚੇ ਬਾਹਰ ਖਲੋ ਕੇ ਵੀ ਦਸਤਾਰਾਂ ਸਜਵਾ ਰਹੇ ਸਨ, ਨੌਜਵਾਨ ਉਹਨਾਂ ਦੇ ਸਿਰਾਂ 'ਤੇ ਦਸਤਾਰਾਂ ਸਜਾ ਰਹੇ ਸਨ। ਪਰ ਜਦੋਂ ਫਿਰ ਆਵਾਜ਼ ਵੱਜੇ, ਆਪਾਂ ਸਾਰਿਆਂ ਨੇ ਸਜਾਣੀ, ਕੋਈ ਬੱਚਾ ਨਾ ਰਹਿ ਜਾ, ਕੋਈ ਬੱਚਾ ਨਾ ਰਹਿ ਜਾਏ ਜਿਹਦੇ ਸਿਰ 'ਤੇ ਦਸਤਾਰ ਨਾ ਸੱਜੇ। ਇਹ ਸਾਡਾ ਵੇਸਲਾਪਨ ਹੈ। ਦਸਤਾਰ ਤਾਂ ਮਾਂ ਨੂੰ ਆਪਣੇ ਬੱਚੇ ਦੇ ਸਿਰ ਉੱਤੇ ਛੋਟੇ ਜਿਹੇ 'ਤੇ ਸਜਾ ਦੇਣੀ ਚਾਹੀਦੀ। ਸਾਡੀ ਉਮਰ ਦੇ ਅੰਦਰ 5 ਸਾਲ ਦੇ ਬੱਚੇ ਦੇ ਸਿਰ 'ਤੇ ਦਸਤਾਰ ਸਜਾ ਦਿੱਤੀ ਜਾਂਦੀ ਸੀ। ਸਕੂਲੇ ਮਾਵਾਂ ਦਸਤਾਰ ਸਜਾ ਕੇ ਭੇਜਦੀਆਂ ਸਨ। ਅੱਜ ਤਾਂ 10ਵੀਂ ਵਾਲੀ ਪਟਕਾ ਬੰਨੀ ਫਿਰ, ਅੱਜ 10ਵੀਂ ਵਾਲੇ ਪਟਕਾ ਬੰਨੀ ਫਿਰਦੇ, ਕੀ ਹੋ ਰਿਹਾ? ਅਵੇਸਲਾਪਨ। ਸਾਹਿਬਜ਼ਾਦਾ ਫਤਿਹ ਸਿੰਘ ਦੀ ਕਿੰਨੀ ਉਮਰ ਹੈ ਜਦੋਂ ਸ਼ਹਾਦਤ ਦਾ ਜਾਮ ਪੀਂਦੇ? 7 ਸਾਲ ਨਾ। ਉਹ 7 ਸਾਲ ਦੀ ਉਮਰ ਅੰਦਰ ਇੱਕ ਦਸਤਾਰ ਨਹੀਂ, ਇੱਕ ਤੇ ਦੂਜੀ, ਦੂਜੇ ਤੇ ਤੀਜੀ ਵੀ ਸਜਾ ਲੈਂਦੇ। ਅੱਜ ਬੱਚੇ ਨੂੰ ਪੁੱਛ ਲਓ 14 ਸਾਲ ਦਾ, ਮੈਨੂੰ ਦਸਤਾਰ ਸਜਾਉਣ ਹੀ ਨਹੀਂ ਆਉਂਦੀ। ਉਹ ਪਟਕਾ ਬੰਨ੍ਹ ਬੰਨ੍ਹ ਕੇ ਕੰਨ ਇੰਨੇ ਕਾਕੜ ਜਾਂਦੇ ਨੇ, ਜਦੋਂ ਦਸਤਾਰ ਸਜਾਉਂਦੇ ਕੰਨ ਅੰਦਰ ਨੂੰ ਜਾਂਦੇ, ਦੁੱਖਦੇ ਨੇ।
ਫਿਰ ਦਸਤਾਰ ਸਜਾਉਣੀ ਉਹਨੂੰ ਭਾਰੀ ਅਤੇ ਮੁਸੀਬਤ ਜਾਪਦੀ ਹੈ। ਮੁੜ ਕੇ ਕਹਿੰਦਾ ਮੁਸੀਬਤ ਕੌਣ ਚੱਲੇ, ਸਿੱਧਾ ਨਾਈ ਦੀ ਦੁਕਾਨ 'ਤੇ ਪਹੁੰਚ ਜਾਂਦੇ। ਘੱਟੋ ਘੱਟ ਕੰਨ ਤਾਂ ਨਾ ਦੁੱਖਣਗੇ, ਇੱਕ ਵਾਰੀ ਵਾਲ ਕਟਾ ਦਿੱਤੇ। ਇਹ ਸਾਡੀ ਬੇਸਮਝੀ ਬੱਚਿਆਂ ਨੂੰ ਨਾਈ ਦੀ ਦੁਕਾਨ 'ਤੇ ਲੈ ਕੇ ਜਾਂਦੀ, ਅਤੇ ਜੇ ਜੰਮਦੇ ਬੱਚਿਆਂ ਨੂੰ ਕਛਹਿਰਾ ਪਵਾ ਦਈਏ, ਦਸਤਾਰ ਸਜਾਉਣੀ ਸਜਾ ਦਈਏ, ਅਤੇ ਫਿਰ ਸਾਬਤ ਸੂਰਤ ਲੱਭਣਾ ਨਹੀਂ ਪਏਗਾ, ਮੰਗਣਾ ਨਹੀਂ ਪਏਗਾ। ਸਾਬਤ ਸੂਰਤ ਰੱਬ ਦੇ ਕੇ ਭੇਜਦਾ, ਉਹਨੂੰ ਸੰਭਾਲ ਲਵਾਂਗੇ। ਅਤੇ ਮਾਲਕ ਗੁਰਦੇਵ ਪਿਤਾ ਕਹਿੰਦੇ ਨੇ, ਜਿਨ ਕੋ ਪੂਰਬ ਲਿਖਿਆ, ਜਿਨ੍ਹਾਂ ਦੇ ਭਾਗਾਂ ਵਿੱਚ ਲਿਖਿਆ ਸੀ ਜੇ ਉਹ ਸਹੀ ਨਾਮ 'ਤੇ ਆਏ, ਉਹ ਪਰਮਾਤਮਾ ਜੀ ਦਾ ਵਾਹਿਗੁਰੂ ਦਾ ਨਾਮ 'ਤੇ ਆਉਂਦੇ ਨੇ, ਆ ਲਿਖੇ ਗਏ ਸਾਡੇ ਭਾਗ, ਆ ਨਿੱਕੇ ਨਿੱਕੇ ਬੱਚੇ, ਤੁਸੀਂ ਧੰਨਤਾ ਯੋਗ ਜੇ ਜਿਹੜੇ ਗੁਰਦੁਆਰੇ ਆ ਕੇ ਬਹਿ ਗਏ ਜੇ, ਤੁਹਾਡੇ ਭਾਗ ਬਣ ਗਏ। ਮਾਂ ਬਾਪ ਨੇ ਬਣਾ ਦਿੱਤੇ, ਉਂਗਲ ਲਾ ਕੇ ਲੈ ਆਏ, ਭਾਈ ਸਾਹਿਬ ਨੇ ਪਿਆਰ ਕੀਤਾ, ਆਵਾਜ਼ ਮਾਰ ਲਈ, ਪ੍ਰਬੰਧਕਾਂ ਨੇ ਗਲ ਨਾਲ ਲਾਇਆ, ਆ ਗਏ। ਅਤੇ ਮਾਲਕ ਗੁਰਦੇਵ ਪਿਤਾ ਅਖੀਰ 'ਚ ਕਹਿ ਰਹੇ ਨੇ, ਨਾਨਕ ਗੁਰ ਸ਼ਰਣਾਗਤੀ ਮਰੈ ਨਾ ਆਵੈ ਜਾਏ। ਮਾਲਕ ਗੁਰਦੇਵ ਪਿਤਾ ਸੱਚੇ ਪਾਤਸ਼ਾਹ ਸਾਡੇ ਬਖਸ਼ਿਸ਼ ਕਰਦਿਆਂ ਕਹਿੰਦੇ ਨੇ, ਨਾਨਕ ਜੀ ਆਖਦੇ ਨੇ, ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ, ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ, ਉਹਨਾਂ ਦੀ ਜ਼ਿੰਦਗੀ ਸਵਰ ਜਾਂਦੀ ਹੈ। ਸਾਡਾ ਗੁਰੂ ਜਨਮ ਮਰਨ ਤੋਂ ਰਹਿਤ ਹੈ, ਅਤੇ ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਗਏ, ਉਹਨਾਂ ਦੇ ਅੰਦਰੋਂ ਵੀ ਜਨਮ ਅਤੇ ਮਰਨ ਦਾ ਭੈ ਕੱਟਿਆ ਜਾਂਦਾ, ਉਹਨਾਂ ਦੇ ਅੰਦਰੋਂ ਵੀ ਜਨਮ ਮਰਨ ਦਾ ਭੈ ਕੱਟਿਆ ਜਾਂਦਾ। ਬੜੇ ਪਿਆਰੇ ਸ਼ਬਦ ਇਤਿਹਾਸ ਵਿੱਚ ਲਿਖੇ ਮਿਲਦੇ ਨੇ ਖਾਲਸੇ ਬਾਰੇ, ਇਹ ਮਰੇ ਨਾ ਆਵੇ ਜਾਏ ਦੀ ਗੱਲ ਜਦੋਂ ਆਉਂਦੀ ਹੈ ਨਾ, ਖਾਲਸਾ ਵੀ ਅਵਿਨਾਸ਼ੀ ਦੇ, ਖਾਲਸੇ ਦੇ ਅੰਦਰ ਇੱਕ ਆਤਮ ਵਿਸ਼ਵਾਸ, ਆਤਮਕ ਜੀਵਨ ਜੀ ਰਿਹਾ ਖਾਲਸਾ। ਇਸ ਕਰਕੇ ਖਾਲਸਾ ਕੀ ਕਹਿੰਦਾ, ਇਹਦੇ ਬਾਰੇ ਲਿਖਿਆ ਹੋਇਆ ਮਿਲਦਾ, ਅਵਰ ਸਭਨ ਕੋ ਜੂਨ 84, ਅਵਰ ਸਭਨ ਕੋ ਜੂਨ 84, ਮਾਨਸ ਤਾਂ ਹੀ ਆਪ ਅਵਿਨਾਸ਼ੀ। ਖਾਲਸਾ ਦੂਜਿਆਂ ਨੂੰ ਕਹਿੰਦੇ 84 ਲੱਖ ਜੂਨ ਹੈ, ਆਪਣੇ ਆਪ ਨੂੰ ਕਹਿੰਦਾ ਮੈਂ ਅਵਿਨਾਸ਼ੀ। ਕਬੀਰ ਵੀ ਮੁਰਸ਼ਿਦ ਨੂੰ ਮਿਲ ਕੇ ਇੱਥੇ ਪਹੁੰਚ ਜਾਂਦੇ ਨੇ, ਮੈਂ ਨਾ ਮਰੂੰ, ਮੈਂ ਨਾ ਮਰੂੰ, ਮਰਬੋ ਸੰਸਾਰਾ, ਆ ਮੋਈ ਮਿਲਿਓ ਹੈ, ਜਵਾਨ ਹਾਰਾ ਜੀਵਨ ਹਾਰਾ ਮਿਲ ਗਿਆ ਭਲਿਓ। ਇਹ ਅਵਸਥਾ ਮਿਲ ਸਕਦੀ ਹੈ ਸਾਡੇ ਸਤਿਗੁਰ ਤੇ, ਜਨਮ ਤੇ ਮਰਨ ਤੋਂ ਪਰੇ ਨੇ ਆਪਾਂ ਵੀ ਹੋ ਸਕਦੇ। ਸੋ ਇੰਨੀਆਂ ਬੇਨਤੀ, ਇਹ ਅਵਸਥਾ ਹੈ, ਇਹ ਕਿਸੇ ਕਿਸੇ ਨੂੰ ਮਿਲਦੀ ਹੈ। ਇਹ ਜਦੋਂ ਸ਼ਬਦ ਦੀ ਕਮਾਈ ਕਰਾਂਗੇ, ਬਾਣੀ ਨਾਲ ਜੁੜਾਂਗੇ, ਤਾਂ ਜਾ ਕੇ ਅਵਸਥਾ ਬਣੇਗੀ। ਮਾਲਕ ਦੇ ਦਰ 'ਤੇ ਜੋਦੜੀ ਕਰੀਏ, ਜੋ ਸਤਿਗੁਰ ਪਿਤਾ ਕਹਿੰਦੇ ਨੇ, ਭਾਈ ਰੇ ਸਾਚੀ ਸਤਿਗੁਰ ਸੇਵਾ, ਗੁਰੂ ਦੀ ਸੇਵਾ ਸੱਚੀ ਹੈ, ਮਿਲੇਗਾ ਸ਼ਬਦ ਦੀ ਕਮਾਈ 'ਚੋਂ, ਬਾਣੀ ਦੇ ਪੜ੍ਹਨ ਨਾਲ, ਬਾਣੀ ਦੇ ਵਿਚਾਰਨ ਨਾਲ। ਜਿਵੇਂ ਜਿਵੇਂ ਬਾਣੀ ਪੜ੍ਹਾਂਗੇ, ਤਿਵੇਂ ਤਿਵੇਂ ਸੁਰਤ ਗਿਆਨ 'ਚੋਂ ਬਾਹਰ ਨਿਕਲੇਗੇ, ਗੁਰ ਸ਼ਰਨਾਈ ਪਿਆ ਹੀ ਸਾਡਾ ਛੁਟਕਾਰਾ ਹੋਣਾ ਹੈ। ਬਸ ਇੰਨੀਆਂ ਬੇਨਤੀਆਂ ਪ੍ਰਵਾਨ ਕਰ ਲੈਣੀਆਂ, ਹੋਈਆਂ ਭੁੱਲਾਂ ਦੇ ਲਈ ਆਪ ਜੀ ਨੇ ਖਿਮਾ ਬਖਸ਼ਿਸ਼ ਕਰਨੀ। ਧੰਨਵਾਦ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਧੰਨਵਾਦ ਸਾਰੀ ਸੰਗਤ ਦਾ, ਧੰਨਵਾਦ ਗੁਰਦੇਵ ਦੇ ਘਰ ਦੇ ਪ੍ਰਬੰਧਕ ਸਾਹਿਬਾਨ ਦਾ। ਇਹ 3 ਦਿਨ ਦੀ ਸੇਵਾ ਦਸਰੇ ਨੂੰ ਬਖਸ਼ਿਸ਼ ਹੋਈ, ਅੱਜ ਸੰਪੂਰਨ ਹੋਈ। ਫਿਰ ਜਦੋਂ ਮਾਲਕ ਕਿਰਪਾ ਕਰਨਗੇ, ਸੇਵਾ ਨਸੀਬ ਹੋਏਗੀ, ਮਾਲਕ ਦਇਆ ਕਰਨ। ਆਓ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰੀਏ ਗੌਰ ਵਿਚਾਰ, ਨਾਨਕ ਬੇੜੀ ਸੱਚੀ, ਤਰੀਏ ਗੌਰ ਵਿਚਾਰ, ਤਰੀਏ
ਤਰੀਏ